ਇੱਕ ਦਿਨ ਪਹਿਲਾਂ ਅਦਾਕਾਰ ਇਰਫਾਨ ਖਾਨ ਅਤੇ ਉਸਦੇ ਅਗਲੇ ਹੀ ਦਿਨ ਰਿਸ਼ੀ ਕਪੂਰ ਇਸ ਦੁਨੀਆ ਨੂੰ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਨਾਲ ਲੜਦੇ ਲੜਦੇ ਸਾਨੂੰ ਅਲਵਿਦਾ ਕਹਿ ਗਏ। ਜਿਸ ਤੋਂ ਬਾਅਦ ਇਰਫਾਨ ਖਾਨ ਅਤੇ ਰਿਸ਼ੀ ਕਪੂਰ ਦੀ ਆਖਰੀ ਆਡੀਓ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਰਫਾਨ ਖਾਨ ਜਿੱਥੇ ਆਪਣੇ ਆਖਰੀ ਆਡੀਓ ਸੁਨੇਹੇ 'ਚ ਕਾਫ਼ੀ ਭਾਵੁਕ ਸੁਣਾਈ ਦਿੱਤੇ, ਉੱਥੇ ਹੀ ਰਿਸ਼ੀ ਕਪੂਰ ਆਪਣੀ ਆਖਰੀ ਵੀਡੀਓ 'ਚ ਆਸ਼ੀਰਵਾਦ ਦਿੰਦੇ ਦਿਖਾਈ ਦਿੱਤੇ। ਰਿਸ਼ੀ ਕਪੂਰ ਦਾ ਪੰਜਾਬ ਨਾਲ ਵੀ ਬੜਾ ਗੂੜਾ ਰਿਸ਼ਤਾ ਰਿਹਾ। ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਸ਼ਹਿਰ ਫਲੋਰ ਦੇ ਪਿੰਡ ਲਸਾੜਾ 'ਚ ਕਪੂਰ ਖਾਨਦਾਨ ਨੂੰ ਆ ਘਰ ਵੰਡ ਤੋਂ ਬਾਅਦ ਮਿਲਿਆ ਸੀ ਅਤੇ ਇਸ ਘਰ ਨਾਲ ਰਿਸ਼ੀ ਕਪੂਰ ਦਾ ਖਾਸ ਰਿਸ਼ਤਾ ਵੀ ਰਿਹਾ। ਹੁਣ ਜ਼ਰਾ ਦੇਖੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਰਿਸ਼ੀ ਕਪੂਰ ਦੀ ਇਹ ਆਖਰੀ ਵੀਡੀਓ, ਜਿਸ 'ਚ ਹਸਪਤਾਲ ਦੇ ਇੱਕ ਵਰਕਰ ਨੂੰ ਆਸ਼ੀਰਵਾਦ ਦੇ ਰਹੇ ਨੇ, ਜੋ ਉਹਨਾਂ ਨੂੰ ਉਹਨਾਂ ਦੀ ਫਿਲਮ ਦੀਵਾਨਾ ਦਾ ਇੱਕ ਗੀਤ ਸੁਣਾ ਕੇ ਹਟਿਆ। कुछ भूल गए कुछ याद रहा कुछ याद रहा। आशीर्वाद तुम्हारा और तरक्की करो, सफलता प्राप्त करो, मेहनत करो। देखो शोहरत नाम ये सब आता है मेहनत के बाद। जब तक मेहनत और थोड़ी किस्मत साथ देगी तो फल अपने आप जोड़ रहेंगे। बस उसकी यही एक गांठ है। ਹੁਣ ਗੱਲ ਕਰਦੇ ਹਾਂ ਇਰਫਾਨ ਖਾਨ ਦੀ, ਜਿਨ੍ਹਾਂ ਦੀ ਆਖਰੀ ਆਡੀਓ ਇਸ ਵੇਲੇ ਖੂਬ ਵਾਇਰਲ ਹੋ ਰਹੀ ਹੈ। ਇਰਫਾਨ ਖਾਨ ਨੇ ਆਪਣੀ ਜ਼ਿੰਦਗੀ ਦਾ ਨਿਚੋੜ ਆਪਣੀ ਆਖਰੀ ਆਡੀਓ 'ਚ ਕੱਢ ਦਿੱਤਾ। ਇਰਫਾਨ ਖਾਨ ਨੇ ਤਿੰਨ ਗੱਲਾਂ ਅਜਿਹੀਆਂ ਕੀਤੀਆਂ ਜਿਸ ਨੇ ਸਭ ਨੂੰ ਰੁਆ ਦਿੱਤਾ। ਇਰਫਾਨ ਖਾਨ ਨੇ ਆਪਣੀ ਆਡੀਓ 'ਚ ਨਿੰਬੂ ਦੀ ਉਦਾਹਰਣ ਦਿੱਤੀ, ਫਿਰ ਜ਼ਿੰਦਗੀ ਦੇ ਸੰਘਰਸ਼ ਦੀ ਊਂਟ ਰੂਪੀ ਕਹਾਣੀ ਅਤੇ ਆਖਿਰ 'ਚ ਆਪਣੀ ਤੀਜੀ ਗੱਲ 'ਚ ਉਹਨਾਂ ਨੇ ਇਹ ਕਹਿ ਕੇ ਕਿ ਮੈਂ ਤੁਹਾਡੇ ਨਾਲ ਹਾਂ ਵੀ ਅਤੇ ਨਹੀਂ ਸਭ ਨੂੰ ਭਾਵੁਕ ਕਰ ਦਿੱਤਾ। ਹੈਲੋ ਭਾਈਓ ਬਹਿਨੋ ਨਮਸਕਾਰ, ਮੈਂ ਇਰਫਾਨ, ਮੈਂ ਅੱਜ ਆਪਕੇ ਸਾਥ ਹੂੰ ਵੀ ਔਰ ਨਹੀਂ ਵੀ। ਖੈਰ, ਇਹ ਫਿਲਮ ਅੰਗਰੇਜ਼ੀ ਮੀਡੀਅਮ ਮੇਰੇ ਲਈ ਬਹੁਤ ਖਾਸ ਹੈ। ਸੱਚ ਯਕੀਨ ਮਾਨੀਏ, ਮੇਰੀ ਦਿਲੀ ਖਵਾਹਿਸ਼ ਥੀ ਕਿ ਇਸ ਫਿਲਮ ਕੋ ਉਤਨੇ ਹੀ ਪਿਆਰ ਸੇ ਪ੍ਰਮੋਟ ਕਰੂੰ ਜਿਤਨੇ ਪਿਆਰ ਸੇ ਹਮ ਲੋਗੋਂ ਨੇ ਬਨਾਇਆ ਹੈ। ਲੇਕਿਨ ਮੇਰੇ ਸ਼ਰੀਰ ਕੇ ਅੰਦਰ ਕੁਛ ਅਨਵਾਂਟਡ ਮਹਿਮਾਨ ਬੈਠੇ ਹੋਏ ਹੈ, ਉਨਸੇ ਵਾਰਤਾਲਾਪ ਚੱਲ ਰਹਾ ਹੈ, ਦੇਖਤੇ ਕਿਸ ਕਰਵਟ ਉੱਠ ਬੈਠਤਾ ਹੈ। ਜੈਸਾ ਵੀ ਹੋਗਾ ਆਪਕੋ ਇਤਲਾਹ ਕਰ ਦੀ ਜਾਏਗੀ। कहावत है, व्हेन लाइफ गिव्स यू लेमन यू मेक लेमनेड। बोलने में अच्छा लगता है पर सच में जब जिंदगी आपके हाथ में नींबू थमाती है ना, तो शिकंजी बनाना बहुत मुश्किल हो जाता है। लेकिन आपके पास और चॉइस भी क्या है पॉजिटिव रहने के अलावा? इन हालात में नींबू की शिकंजी बना पाते हैं कि नहीं बना पाते हैं, ये आप पर है। और हम सब ने इस फिल्म को उसी पॉजिटिविटी के साथ बनाया है और मुझे उम्मीद है कि फिल्म आपको सिखाएगी, हंसाएगी, रुलाएगी, फिर हंसाएगी शायद। Enjoy the trailer and be kind to each other and watch the film and yes, wait for me। So, दो दिनां च दो वड्डे दिग्गज अदाकारां दे जाण तों बाद बॉलीवुड च सोग दा माहौल बणिया होया। ब्यूरो रिपोर्ट, हकीकत टीवी पंजाबी।